ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚੱਲ ਬਹੁਤ ਵਧੀਆ ਹੋਗਾ ਜੀ ਇਟਲੀ ਦੇ ਵਿੱਚ ਅੱਜ 2499 ਨਵੇਂ ਕੇਸ ਸਾਹਮਣੇ ਆਇਆ 25576 ਮਰੀਜ਼ ਠੀਕ ਹੋਏ ਨੇ 814 ਮਰੀਜ਼ਾਂ ਦੀ ਅੱਜ ਇਟਲੀ ਦੇ ਵਿੱਚ ਮੌਤ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪੋਨੀਆ ਦੇ ਕਿ ਇਟਲੀ ਦੇ ਵਿੱਚ ਕਿੰਨੇ ਟੈਸਟ ਕੀਤੇ ਗਏ ਨੇ 212741 ਇਟਲੀ ਦੇ ਵਿੱਚ ਟੈਸਟ ਕੀਤਾ ਗਿਆ ਤੇ ਹਰ ਵਾਰ ਦੀ ਤਰ੍ਹਾਂ ਲੂੰਬਰ ਦੀਆਂ ਇਸ ਵਾਰ ਫਿਰ ਸਭ ਤੋਂ ਵੱਧ ਕੇਸ ਲੈ ਕੇ ਆਏ ਜੀ 4533 ਲੂੰਬਰ ਦੀਏ ਦੇ ਵਿੱਚ ਆਏ ਨੇ 3708 ਕੇਸ ਵੇਨੀਤੋ ਵਿੱਚ ਆਏ ਤੇ ਉਸ ਤੋਂ ਬਾਅਦ ਪੀਮੋਂਤੇ ਦੇ ਵਿੱਚ 2132 ਕੇਸ ਆਏ ਤੇ ਕੰਪਾਨੀਆ ਦੇ ਵਿੱਚ 1651 ਨਵਾਂ ਕੇ ਸਾਹਮਣੇ ਹੈ ਇਮੀਲੀਆ ਰੋਮਾਨੀਆ ਵੀ ਜਿਹੜੇ ਆਪਣੇ ਕੇਸਾਂ ਦੀ ਗਿਣਤੀ ਆ ਲਗਾਤਾਰ ਵਧਾਉਂਦਾ ਜਾ ਰਿਹਾ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਇੰਪੋਰਟੈਂਟ ਨਿਊਜ਼ ਇੰਪੋਰਟੈਂਟ ਅਪਡੇਟ ਦੇਣਾ ਚਾਹੁੰਦੇ ਹਾਂ ਉਹ ਇਹ ਹੈ ਜੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਪੰਜਾਬ ਤੋਂ ਜਿਹੜਾ ਸੰਘਰਸ਼ ਚੱਲ ਕੇ ਦਿੱਲੀ ਦੇ ਵਿੱਚ ਪਹੁੰਚਿਆ ਉਹਦੇ ਵਿੱਚ ਇਸ ਟਾਈਮ ਕੀ ਹੋ ਰਿਹਾ ਹੈ ਤੇ ਬਹੁਤ ਸਾਰੇ ਇਦਾਂ ਦੀ ਇੱਕ ਗੱਲਬਾਤ ਸਾਡੇ ਨੂੰ ਸਾਹਮਣੇ ਆਈ ਹੈ ਕਿ ਜਿਹੜੇ ਪੈਸੇ ਭੇਜਣੇ ਕਹਿ ਰਹੇ ਨੇ ਸੁਣਨ ਦੇ ਵਿੱਚ ਆ ਕਿ ਕਈ ਬੰਦੇ ਫੰਡ ਇਕੱਠਾ ਕਰ ਰਹੇ ਨੇ ਕਿ ਇੰਡੀਆ ਨੂੰ ਪੈਸੇ ਭੇਜੜਿਆ ਜੀ ਇਹ ਜੋ ਪੈਸੇ ਆ ਜੇਕਰ ਕਿਸੇ ਕੋਈ ਵੀ ਬੰਦਾ ਇਹਦਾ ਹਿੱਸਾ ਵੰਡਣਾ ਚਾਹਦਾ ਸਿਰਫ ਆਪਣੇ ਜਾਣ ਪਛਾਣ ਵਾਲੇ ਬੰਦੇ ਨੂੰ ਦਿਓ ਜਾਫਰ ਜੀ ਜਾਫਰ ਜੇ ਕੋਈ ਤੁਹਾਡਾ ਲੋਕਲ ਏਰੀਆ ਵਾਲਾ ਜਿਸ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਨੂੰ ਤੁਸੀਂ ਜਾਣਦੇ ਹੋ ਉਹ ਬੰਦੇ ਫੰਡ ਇਕੱਠਾ ਕਰ ਰਹੇ ਨੇ ਤੇ ਉਹਨਾਂ ਨੂੰ ਭੇਜਣਾ ਉਹਨਾਂ ਨੂੰ ਜਾਂ ਫਿਰ ਜਿਹੜਾ ਕੋਈ ਬੰਦਾ ਤੁਹਾਡਾ ਪਿੰਡ ਦਾ ਜਾਂ ਕੋਈ ਜਾਣ ਪਛਾਣ ਦਾ ਜਿਹਦੇ ਤੇ ਯਕੀਨ ਲਾਇਕ ਆ ਤੁਸੀਂ ਉਸ ਬੰਦੇ ਨੂੰ ਹੀ ਪੈਸੇ ਦਿਓ ਕਿਉਂਕਿ ਇੰਡੀਆ ਤੋਂ ਬਹੁਤ ਸਾਰੀਆਂ ਇਸ ਟਾਈਮ ਅਪਡੇਟ ਆ ਰਹੇ ਨੇ ਕਿ ਲੋਕੀ ਇਸ ਮਾਮਲੇ ਦੇ ਵਿੱਚ ਪੈਸੇ ਇਕੱਠੇ ਇਕੱਠੇ ਕਰ ਰਹੇ ਨੇ ਅਤੇ ਫਰਾਡ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂ ਇਟਲੀ ਦੀ ਸਰਕਾਰ ਤੋਂ ਇਟਲੀ ਦੀ ਸਰਕਾਰ ਤੋਂ اپੋਜੀਸ਼ਨ ਪਾਰਟੀ ਮੰਗ ਰਹੀ ਹੈ ਅਸਤੀਫਾ ਸਕੂਲ ਖੋਲਣ ਦੀ ਤਾਂ ਗੱਲ ਬਾਤ ਹੋ ਗਈ ਕਿ ਜਨਵਰੀ ਦੇ ਵਿੱਚ ਅਸੀਂ ਸਕੂਲ ਖੋਲਾਂਗੇ ਪਰ ਜਿਹੜਾ ਕੌਮੀ ਤਤ ਕੌਮੀ ਤਤ ਟੈਕਨੀਕਲ ਕੁਐਸਚਨ ਦੀ ਹੀ ਕੋਆ ਜੀ ਉਹ ਕਹਿ ਰਿਹਾ ਕਿ ਸਾਡੇ ਕੋਲ ਪੂਰੀ ਡਿਟੇਲ ਹੀ ਨਹੀਂ ਹੈਗੀ ਕਿ ਕਿੰਨੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਕਿੰਨੇ ਬੱਚੇ ਬਿਮਾਰ ਨੇ ਕਿੰਨੇ ਸਰ ਬਿਮਾਰ ਨੇ ਉਹਨਾਂ ਕੋ ਲੇਟੈਸਟ ਅਪਡੇਟ ਨਹੀਂ ਹੈਗਾ ਚਲਦਿਆਂ ਜੀ ਅੱਜ ਦੀਆਂ ਕੁਝ ਖਾਸ ਖਬਰਾਂ ਵੱਲ ਸਭ ਤੋਂ ਪਹਿਲਾਂ ਜੋ ਅਪਡੇਟ ਆ ਰਿਹਾ ਜੀ ਫਰਾਂਸ ਤੋਂ ਆ ਰਿਹਾ ਫ੍ਰਾਂਸ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 11221 ਨਵੇਂ ਕੇਸ ਸਾਹਮਣੇ ਆਏ। WHO ਨੇ ਦੂਸਰਾ ਅਪਡੇਟ ਇਹ ਜੀ ਕਿ WHO ਨੇ ਜਿਹੜੀ ਵੈਕਸੀਨਾਂ ਨੂੰ ਅਪਰੂਵ ਕਰ ਦਿੱਤਾ ਵੀ ਫਾਈਜ਼ਰ ਜਿਹੜੀ ਵੈਕਸੀਨ ইংল্যান্ড ਦੇ ਵਿੱਚ ਅਪਰੂਵ ਕਰ ਦਿੱਤਾ ਗਿਆ ਜੀ। ਤੇ ইংল্যান্ড ਦੇ ਵਿੱਚ ਕੱਲ ਰਾਤ 10 ਨੂੰ ਜਿਹੜੀ ਇਹ ਵੈਕਸੀਨ ਆ ਪਹੁੰਚ ਕੇ ਹੀ ਜਿਹਨੂੰ ਬਹੁਤ ਹੀ ਸੇਫ ਜਗ੍ਹਾ ਉੱਤੇ ਸਟੋਰ ਕੀਤਾ ਗਿਆ -70 ਡਿਗਰੀ ਦੇ ਵਿੱਚ। ਤੇ ਇਹ ਜੋ ਪਹਿਲੀ ਵੈਕਸੀਨ ਹੈ ਜਿਹੜੀ ਇਟਲੀ ਦੇ ਵਿੱਚ ਵੀ ਆਊਗੀ ਤਾਂ ਸਭ ਤੋਂ ਪਹਿਲਾਂ ਜਿਹੜੀ ਹੈ ਇਹ ਆਪਣੇ ਜਿਹੜੇ ਬਜ਼ੁਰਗ ਨੇਟਲੀ ਦੇ ਵਿੱਚ ਉਹਨਾਂ ਨੂੰ ਲਾਈ ਜਾਊਗੀ ਜੀ ਜੇਕਰ ਇੰਗਲੈਂਡ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਦੇ ਵਿੱਚ ਅੱਜ 16200 ਨਵੇਂ ਕੇਸ ਸਾਹਮਣੇ ਆਏ ਤੇ ਤਕਰੀਬਨ 500 ਮਰੀਜ਼ਾਂ ਦੀ ਮੌਤ ਹੋਈ ਹੈ ਜੀ 504 ਮਰੀਜ਼ ਆ ਜਿਹੜੇ ਦੱਸੇ ਜਾ ਰਹੇ ਨੇ ਕਿ ਇੰਗਲੈਂਡ ਵਿੱਚ ਉਹਨਾਂ ਦੀ ਮੌਤ ਹੋਈ ਹੈ ਜੀ ਜੂਜ਼ੇਪੇ ਕੁੰਤੇ ਜੀ ਦਾ ਇੱਕ ਨਵਾਂ ਬਿਆਨ ਆ ਰਿਹਾ ਜੀ ਉਹਨਾਂ ਨੂੰ ਪੁੱਛਿਆ ਗਿਆ ਕਿ ਇਟਲੀ ਦੇ ਵਿੱਚ ਕੀ ਲਾਕਡਾਊਨ ਦੁਬਾਰਾ ਲੱਗਣਾ ਚਾਹੀਦਾ ਹੈ ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ ਜੂਜ਼ੇਪੇ ਕੁੰਤੇ ਜੀ ਦਾ ਬਿਆਨ ਇਹ ਹੈ ਜੀ ਉਹ ਕਹਿ ਰਹੇ ਨੇ ਜੇਕਰ ਅਸੀਂ ਇੱਕ ਹੋਰ ਲਾਕਡਾਊਨ ਲਾ ਦਿੰਦੇ ਇਟਲੀ ਦੇ ਵਿੱਚ ਤਾਂ ਇਟਲੀ ਦੀ ਜੋ ਸਿਚੁਏਸ਼ਨ ਹੈ ਬਹੁਤ ਹੀ ਜ਼ਿਆਦਾ ਆਰਥਿਕ ਵਿਵਸਥਾ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਜਾਣੀ ਸੀ ਇਟਲੀ ਦੇ ਵਿੱਚ ਲਾਕਡਾਊਨ ਲੱਗ ਪਹਿਲੇ ਜਿਹੜੇ ਲਾਕਡਾਊਨ ਲੱਗਿਆ ਉਹਨਾਂ ਦੇ ਨਾਲ ਵੀ ਕਾਫੀ ਨੁਕਸਾਨ ਹੋ ਰਿਹਾ ਇਟਲੀ ਦੀ ਇਕਨੋਮੀ ਨੂੰ ਜੋ ਐਸ ਟਾਈਮ ਸਾਨੂੰ ਨਹੀਂ ਪਤਾ ਲੱਗ ਰਿਹਾ ਪਰ ਆਉਣ ਵਾਲੇ ਜਿਹੜੇ ਆ ਲੰਬੇ ਦਾਰੇ ਦੇ ਵਿੱਚ ਜਾ ਕੇ ਸਾਨੂੰ ਜ਼ਰੂਰ ਪਤਾ ਲੱਗੂਗਾ ਹੋਰ 2-4 ਮਹੀਨੇ 6 ਮਹੀਨੇ ਤੱਕ ਸਾਨੂੰ ਪਤਾ ਲੱਗਣਾ ਕਿ ਇਟਲੀ ਨੂੰ ਕਿੰਨਾ ਨੁਕਸਾਨ ਹੋਣਾ ਹੋਇਆ ਜੀ ਅਤੇ ਮinistro speranza ਜੀ ਆ ਜਿਹੜੇ ਆਪਣੇ roberto speranza ਜੀ health minister ਨੇ ਉਹਨਾਂ ਦਾ ਇੱਕ ਨਾਮ ਬਿਆਨ ਆ ਰੱਖਿਓ ਤਿੰਨ ਨਮੇ ਫਰਮਾਨ ਆਰਡੀਨੈਂਸ ਪਾਸ ਕਰਨ ਜਾ ਰਹੇ ਨੇ ਜੀ ਜਿਨ੍ਹਾਂ ਚੋਂ ਇਹਨਾਂ ਫਰਮਾਨਾਂ ਦੇ ਵਿੱਚ ਨਵੀਂ ਜਿਹੜੀ ਗੱਲਬਾਤ ਇਹ ਆ ਜੀ ਕਿ Emilia Romagna पीले जोन ਦੇ ਵਿੱਚ ਆ ਜਾਣਾ ਕੰਪਾਨੀਆ ਤਸਕਾਨਾ ਇਹਨਾਂ ਨੇ ਸੰਤਰੀ ਜ਼ੋਨ ਦੇ ਵਿੱਚ ਆ ਜਾਣਾ ਜੀ ਨਵੇਂ ਜਿਹੜੇ ਆਰਡੀਨੈਂਸ ਨੇ ਤੇ ਇਹਨਾਂ ਨਾਲ ਜੇ ਅਸੀਂ ਗੱਲ ਕਰੀਏ ਜੀ ਇਸ ਟਾਈਮ ਅਬਰੂਤਸੋ ਬਾਜ਼ੀਲੀਕਾ ਤੱਕ ਲਾਬਰੀਆ ਲੁੰਬਰ ਦੀਏ ਪੀਮੋਂ ਤੇ ਇਹਨਾਂ ਦੇ ਵਿੱਚ ਜਿੰਨੇ ਵੀ ਕਾਨੂੰਨ ਲਾਗੂ ਨੇ ਸਾਰਿਆਂ ਨੂੰ ਬਦਲ ਦਿੱਤਾ ਜਾਏਗਾ ਜੀ ਅਤੇ ਇਸ ਫਰਮਾਨ ਨੂੰ ਜੇ ਅਸੀਂ ਦੇਖੀਏ ਆਰਡੀਨੈਂਸ ਨੂੰ ਜੇਕਰ ਪੜੀਏ ਦੇ ਵਿੱਚ ਲਿਖਿਆ ਗਿਆ ਜੀ ਕਿ ਕੰਪਾਨੀਆ ਟੋਸਕਾਨਾ ਵਾਲੇ ਦੋਸਤ ਤੇ ਜਿਹੜਾ ਪ੍ਰਵਿੰਚਾ ਤੋਂ ਜਿਹਨੂੰ ਬੁਲਸਾਨੋ ਕਹਿੰਦੇ ਆ ਇਹਨਾਂ ਨੇ ਰੈੱਡ ਜ਼ੋਨ ਤੋਂ ਸੰਤਰੀ ਜ਼ੋਨ ਦੇ ਵਿੱਚ ਆ ਜਾਣਾ ਇਮੀਲੀਆ ਰੋਮਾਨੀਆ ਫਰਿਜੀ ਵੇਨੇਜ਼ੀਆ ਗੁਲਿਆ ਮਾਰਕੇ ਪੁਗਲਿਆ ਉੰਬਰੀਆ ਇਹਨਾਂ ਨੇ ਜਿਹੜਾ ਆ ਪੀਲੇ ਜ਼ੋਨ ਦੇ ਵਿੱਚ ਆਫੀਸ਼ੀਅਲੀ ਤੌਰ ਤੇ ਇਟਲੀ ਦੇ ਵਿੱਚ ਜਿਹੜਾ ਇਹਨਾਂ ਨੇ ਪੀਲੇ ਜ਼ੋਨ ਦੇ ਵਿੱਚ ਐਂਟਰੀ ਕਰ ਲੈਣੀ ਹੈ ਜੀ ਇਸ ਟਾਈਮ ਤੁਸੀਂ ਆਪਣੇ ਸਕਰੀਨ ਦੇ ਉੱਤੇ ਪੂਰੀ ਡਿਟੇਲ ਦੇਖ ਸਕਦੇ ਹੋ ਜੀ ਇਟਲੀ ਦੇ ਵਿੱਚ ਜੋ ਇਸ ਟਾਈਮ ਅਪਡੇਟਡ ਸਿਚੁਏਸ਼ਨ ਅਜ ਜਿਹੜੀ ਸ਼ੇਧ ਤਰੀਕ ਤੋਂ ਲਾਗੂ ਹੋ ਜਾਣੀ ਹੈ ਜੀ ਇਹ ਜਿਹੜੇ ਫਰਮਾਨ ਨੇ ਇਹ ਫਰਮਾਨ ਸ਼ੇਧ ਤਰੀਕ ਤੋਂ ਲਾਗੂ ਹੋਣੇ ਨੇ ਤੇ ਇਹਦੇ ਵਿੱਚ ਸਿਰਫ ਤੁਸੀਂ ਦੇਖ ਸਕਦੇ ਆ ਇਸ ਟਾਈਮ ਸਿਰਫ ਇੱਕ ਹੀ ਰੈੱਡ ਜ਼ੋਨ ਜੋ ਕਿ ਅਬਰੂਤਸੋ ਦਾ ਹੈ ਅਬਰੂਤਸੋ ਵੀ 10 10 ਤਰੀਕ ਤੋਂ ਬਾਅਦ ਸੰਤਰੀ ਜਾਂ ਫਿਰ ਪੀਲਾ ਕਰ ਦਿੱਤਾ ਜਾਏਗਾ ਜੀ ਇਹ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਜੀ ਕਿਉਂਕਿ ਹੁਣ ਵੀ ਬਹੁਤ ਸਾਰੇ ਆਪਣੇ ਵੀਰਾਂ ਨੂੰ ਸ਼ਾਕਾ ਇਟਲੀ ਦੇ ਕਿਹੜੇ ਹਿੱਸੇ ਦੇ ਵਿੱਚ ਕਿਹੜਾ ਏਰੀਆ Valle d'Aosta, Piemonte, Lombardia, Bolzano, Venezia Guglia, Veneto, Trento, A, Emilia Romagna, Liguria, Toscana, Emilia Romagna, Marche, Umbria, Lazio, Sardegna, Abruzzo, Campania, Basilicata, Puglia, ਸਿਚੀਲੀਆ ਵੀ ਪੀੜਾ ਹੈ ਸੰਤਰੀ ਕਲਾਬਰੀਆ ਸੰਤਰੀ ਬਜ਼ਿਲੀਕਾਤਾ ਤੇ ਸੰਤਰੀ ਹੀ ਆਪਣਾ ਕੰਪਾਨੀਆ ਇਹ ਹੈ ਜੀ ਪੂਰੀ ਇਟਲੀ ਦੀ ਡਿਟੇਲ ਜੋ ਕਿ ਤੁਹਾਨੂੰ ਅਸੀਂ ਸ਼ੋਅ ਕਰਨਾ ਚਾਹੁੰਦੇ ਥੋੜਾ ਜਨੂੰ ਛੋਟੀ ਕਰਕੇ ਦੇਖਦੇ ਹਾਂ ਸਕਰੀਨ ਤਾਂ ਜੋ ਤੁਸੀਂ ਆਪਣੀ ਜਿਹੜੀ ਮੋਬਾਈਲ ਦੀ ਸਕਰੀਨ ਤੇ ਇਟਲੀ ਦਾ ਜਿਹੜਾ ਪੂਰਾ ਨਕਸ਼ਾ ਪੂਰੇ ਚੰਗੀ ਤਰ੍ਹਾਂ ਦੇਖ ਸਕੋ ਜੀ ਵੱਧਿਆ ਜੀ ਆਪਣੀਆਂ ਅਗਲੀਆਂ ਖਬਰਾਂ ਦੇ ਵਲ ਇਟਲੀ ਦੇ ਵਿੱਚ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੇ ਵਿੱਚ 900 975 ਜਿਹੜੇ ਕੈਦੀ ਨੇ ਇਸ ਟਾਈਮ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਤੇ 920 ਜਿਹੜੇ ਜਿਲ੍ਹਾ ਅਪਰੇਟਰ ਨੇ ਜਿਹੜੇ ਜੇਲਾਂ ਦੇ ਵਿੱਚ ਉਹਨਾਂ ਨੂੰ ਚੈੱਕ ਕਰਦੇ ਨੇ ਉਹ ਵੀ ਇਸ ਟਾਈਮ ਜਿਹੜੇ ਇਟਲੀ ਦੇ ਵਿੱਚ ਸ਼ਿਕਾਰ ਹੋ ਚੁੱਕੇ ਨੇ ਜੀ ਰਸ਼ੀਆ ਦੇ ਵਿੱਚ ਜਿਹ ਜੋ ਵੈਕਸੀਨ ਨੂੰ ਲਵਾਉਣ ਦੇ ਲਈ ਆਨਲਾਈਨ ਬੁਕਿੰਗ ਕਰਵਾਣੀ ਪੈਣੀ ਸੀ ਪਹਿਲੇ 5 ਘੰਟਿਆਂ ਦੇ ਵਿੱਚ 5000 ਬੰਦਿਆਂ ਨੇ ਆਪਣੀ ਬੁਕਿੰਗ ਕਰਾਈ ਹੈ ਕਿ ਅਸੀਂ ਇਹ ਜੋ ਵੈਕਸੀਨ ਇਹ ਨੂੰ ਆਪਣੇ ਉੱਤੇ ਟੈਸਟ ਕਰਾਂਗੇ ਇਹ ਨੂੰ ਆਪਣੇ ਉੱਤੇ ਲਵਾਵਾਂਗੇ ਆਪਣੀਆਂ ਕੱਲ ਦੀਆਂ ਨਿਊਜ਼ਾਂ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਇਟਲੀ ਦੇ ਐਕਸਪਰਟ ਨੇ ਜੋ ਕਿ ਸਪਾਲਨਸ ਹਨੀਦੇ ਆ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਜਿਹੜਾ ਬੰਦਾ ਇਟਲੀ ਦੇ ਵਿੱਚ ਇਸ ਇਟਲੀ ਦੇ ਵਿੱਚ ਦੁਨੀਆ ਦੇ ਵਿੱਚ ਕੋਵਿਡ ਪੋਜ਼ੀਟਿਵ ਹੋ ਜਾਂਦਾ ਤੇ ਉਸ ਤੋਂ ਬਾਅਦ ਨੈਗੇਟਿਵ ਹੋ ਜਾਂਦਾ ਉਹਨੂੰ ਇਹ ਜੋ ਵੈਕਸੀਨ ਲੈਵਣ ਦੀ ਲੋੜ ਨਹੀਂ ਤੇ ਅੱਜ ਉਸ ਬਿਆਨ ਤੋਂ ਉਲਟ ਇੱਕ ਨਵਾਂ ਬਿਆਨ ਸਾਹਮਣੇ ਆਇਆ ਜੀ ਇਹ ਬਿਆਨ ਕਹਿ ਰਿਹਾ ਜੀ ਕਿ ਸਰੀਰ ਦੇ ਵਿੱਚ ਹਾਂ ਉਹ ਹਾਂਜੀ ਉਸ ਬਿਮਾਰੀ ਦੇ ਨਾਲ ਲੜਨ ਦੀ ਜਿਹੜੀ ਹੈ ਤਾਕਤ ਪੈਦਾ ਹੋ ਜਾਂਦੀ ਹੈ ਪਰ ਉਹ ਜਿਨ ਉਹਨਾਂ ਨੂੰ ਐਂਟੀਕੌਰਪੀ ਕਹਿੰਦੇ ਆ ਇਟਾਲੀਅਨ ਦੇ ਵਿੱਚ ਉਹ ਐਂਟੀਕੌਰਪੀ ਉਹ ਤਾਕਤ ਪਰ ਸਿਰਫ 3 ਜਾਂ ਫਿਰ 5 ਮਹੀਨੇ ਤੱਕ ਹੀ ਸਰੀਰ ਦੇ ਵਿੱਚ ਰਹਿੰਦੀ ਹੈ ਉਸ ਤੋਂ ਬਾਅਦ ਉਹ ਤਾਕਤ ਕਮਜ਼ੋਰ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਬੰਦੇ ਪੋਜ਼ਿਟਿਵ ਤੋਂ ਨੈਗੇਟਿਵ ਹੋਏ ਨੇ ਤਿੰਨਾਂ ਤੋਂ ਪੰਜਾਂ ਮਹੀਨੇ ਬਾਅਦ ਉਹਨਾਂ ਨੂੰ ਕੋਵਿਡ ਦਾ ਟੈਸਟ ਨਹੀਂ ਉਹਨਾਂ ਨੂੰ ਕਰਾਉਣ ਦੀ ਲੋੜ ਹੈ ਜੀ ਆਪਣੇ ਐਂਟੀਕੌਰਪੀ ਦਾ ਰੀਟੈਸਟ ਜੋ ਕਿ ਸ਼ਾਇਦ ਬਲੱਡ ਟੈਸਟ ਹੋਵੇ ਹੁਣ ਕਿਤੇ ਉਹਨਾਂ ਦੇ ਸਿਰ ਦੇ ਐਂਟੀਕੋਰਪੀਆ ਜਿਹੜੇ ਕਮਜ਼ੋਰਤ ਨਹੀਂ ਹੋਗਾ ਜੇਕਰ ਹੋ ਜਾਣ ਤਾਂ ਫਿਰ ਉਹਨਾਂ ਨੂੰ ਵੀ ਵੈਕਸੀਨ ਲਵਾਣੀ ਪੈਣੀ ਹੈ ਜੀ ਇਹ ਜੋ ਅਸੀਂ ਤੁਹਾਨੂੰ ਖਬਰਾਂ ਦੱਸਦੇ ਹਾਂ ਅਸੀਂ ਸਿਰਫ ਅਤੇ ਸਿਰਫ ਤੁਹਾਨੂੰ ਟਰਾਂਸਲੇਸ਼ਨ ਹੀ ਕਰਕੇ ਦੱਸਦੇ ਹੁੰਦੇ ਆਂ ਜੀ ਜੋ ਸਰਕਾਰ ਜਾਂ ਫਿਰ ਜੋ ਆਫੀਸ਼ਲ ਅਖਬਾਰਾਂ ਦੇ ਵਿੱਚ ਬਿਆਨ ਆਂਦੇ ਨੇ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਵੇਂ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਨੇ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਬਾਅਦ ਲੁਚੀਨਾ ਲੁਚਾਨਾ ਲੰਮਰ ਤੇ ਜਿਹੜੇ ਆ ਮਿਨਿਸਟਰ ਨੰਨੇ ਜੀਓ ਉਨਾ ਦਾ ਵੀ ਇੱਕ ਨਵਾਂ ਬਿਆਨ ਆ ਰਿਹਾ ਜੀ ਉਹ ਕਹਿ ਰਹੇ ਨੇ ਸ਼ਾਪਿੰਗ ਉੱਤੇ ਇਟਲੀ ਦੇ ਬਾਰਡਰਾਂ ਦੇ ਉੱਤੇ ਮਿਲਟਰੀ ਦੇ ਨਾਲ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਹਾਂਜੀ ਇਹ ਜੋ ਚੈਕਿੰਗ ਆ ਸਾਰੀ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਬੰਦਾ ਕੋਈ ਵੀ ਬੰਦਾ ਇਹ ਨਾ ਨਿਯਮ ਦਾ ਉਲੰਘਣ ਨਾ ਕਰ ਸਕੇ ਜੀ ਸਕੂਲਾਂ ਦੀ ਅਸੀਂ ਗੱਲ ਕੀਤੀ ਤੇ ਸਕੂਲਾਂ ਦੀ ਗੱਲ ਤੋਂ ਜਾਪਾਨ ਦੀ ਜਿਹੜੀ ਅਸੀਂ ਗੱਲ ਕਰੀ ਤਾਂ ਜਾਪਾਨ ਦੇ ਵਿੱਚ ਲਾਸਟਲੇ ਦਿਨਾਂ ਦੇ ਵਿੱਚ ਤਿੰਨ ਗੁਣਾ ਲਾਸਟਲੇ 1-2 ਮਹੀਨਿਆਂ ਦੇ ਵਿੱਚ ਤਿੰਨ ਗੁਣਾ ਕੇਸ ਵਧ ਗਏ ਨੇ ਜੀ ਸਕੂਲ ਦੇ ਬੱਚਿਆਂ ਦੇ ਵਿੱਚ ਸਿਰਫ ਬੰਦਿਆਂ ਦੇ ਵਿੱਚ ਨਹੀਂ ਸਕੂਲ ਦੇ ਵਿੱਚ ਵੀ ਜਿਹੜੀ ਗਿਣਤੀ ਵਧਦੀ ਜਾ ਰਹੀ ਹੈ ਤੇ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਜੋ ਵੈਕਸੀਨ ਤਿਆਰ ਕਰ ਰਹੀ ਜੀ 210001 ਦਿਨ ਦੇ ਵਿੱਚ ਉੱਥੇ ਨਵੇਂ ਕੇਸ ਸਾਹਮਣੇ ਆਏ ਤੇ 2900 ਮਰੀਜ਼ਾਂ ਦੀ ਮੌਤ ਉੱਥੇ ਹੋਈ ਹੈ ਜੀ ਇਸ ਮਹਾਮਾਰੀ ਦੇ ਨਾਲ ਦੇ ਜੀ ਅਗਲੇ ਅਪਡੇਟ ਦੇ ਬਲ ਜੋ ਆਪੋਜੀਸ਼ਨ ਪਾਰਟੀ ਹੈ ਜੀ ਮੱਤਿਓ ਸਲਵਿਨੀ ਤੁਹਾਨੂੰ ਸਾਰੇ ਨੂੰ ਪਤਾ ਹੋਣਾ ਮੱਤਿਓ ਸਲਵਿਨੀ ਜੀ ਉਹੀ ਸ਼ਖਸ ਨੇ ਜਿਨ੍ਹਾਂ ਨੇ ਇਟਲੀ ਦੇ ਵਿੱਚ ਨੈਸ਼ਨਲਟੀ ਨੂੰ 4 ਸਾਲ ਦੀ ਕਰ ਦਿੱਤਾ ਸੀ ਤੇ ਹੋਰ ਵੀ ਬਹੁਤ ਸਾਰੇ ਕਾਨੂੰਨ ਆ ਜਿਹੜੇ ਲਾਗੂ ਕੀਤੇ ਨੇ ਸੀ ਕੀਤੇ ਸੀ ਉਹਨਾਂ ਦਾ ਜ਼ਿਕਰ ਇਹ ਤੋਂ ਸੀ ਕੋਰੇਤਾ ਇਹਨਾਂ ਨੇ ਜਿਹੜੀ ਨਵੀਂ ਸਰਕਾਰ ਇਸ ਟਾਈਮ ਬਣੀ ਹੋਈ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਜ਼ਿਕਰ ਇਹ ਤੋਂ ਸੀ ਕੋਰੇਤਾ ਚੇਂਜ ਕੀਤਾ ਤੇ ਇਸ ਤੋਂ ਹੀ ਸਾਰੇ ਵਿਵਾਦ ਸਾਹਮਣੇ ਆਏ ਨੇ ਜੀ ਇਟਲੀ ਦੀ ਸਰਕਾਰ ਆਪੋਜੀਸ਼ਨ ਪਾਰਟੀ ਇਹ ਕਹਿ ਰਹੀ ਹੈ ਕਿ ਜੁਜ਼ੈਪੇ ਕੋਨਤੇ ਜਾਫਰ ਹੋਰ ਜਿੰਨੇ ਵੀ ਇਸ ਮੌਜੂਦਾ ਸਰਕਾਰ ਦੇ ਮਿਨਿਸਟਰ ਨੇ ਉਹਨਾਂ ਨੂੰ ਸਾਰੇ ਨੂੰ ਅਸਤੀਫਾ ਦੇਣਾ ਚਾਹੀਦਾ ਅਸਤੀਫਾ ਦੀ ਮੰਗ ਕਿਉਂ ਕੀਤੀ ਹੈ ਜੀ ਇਸ ਕਰਕੇ ਕੀਤੀ ਹੈ ਜੀ ਉਹ ਕਹਿ ਰਹੇ ਨੇ ਕਿ ਇਟਲੀ ਦੇ ਵਿੱਚ ਇਟਾਲੀਅਨਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਫੈਸਤੇ ਵਾਲੇ ਦਿਨਾਂ ਦੇ ਵਿੱਚ ਦੰਦਨ ਤਿ ਹਾਰਾ ਉਸ ਦਿਨ ਤੁਸੀਂ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਤੇ ਜਿਹੜੇ ਸਮੁੰਦਰ ਦੇ ਰਸਤੇ ਖੋਲ ਦਿੱਤੇ ਆ ਕਿ ਜਿਹੜਾ ਵੀ ਬੰਦਾ ਆਊਗਾ ਉਹਨੂੰ ਅਸੀਂ ਪੇਪਰ ਦੇਵਾਂਗੇ ਉਹ ਕਹਿ ਰਹੇ ਨੇ ਸਰਾਸਰ ਨਾਂਨਸਾਬ ਵੀ ਹੈ ਤੱਕਾ ਆ ਤੁਸੀਂ ਉਹਨਾਂ ਬੰਦਿਆਂ ਦੇ ਹੱਕਾਂ ਦੀ ਸੋਚ ਰਹੇ ਜਿਹੜੇ ਬੰਦੇ ਸਮੁੰਦਰ ਤੋਂ ਆਣੇ ਜਿਹੜੇ ਬੰਦੇ ਸ਼ਾਇਦ ਪਹਿਲਾਂ ਹੀ ਇਸ ਬਿਮਾਰੀ ਨੂੰ ਲੈ ਕੇ ਆਣਗੇ ਜੋ ਕਿ ਇਟਲੀ ਦੇ ਵਿੱਚ ਸ਼ਾਇਦ ਚੋਰੀਆਂ ਕਰਨਗੇ ਠੱਗੀਆਂ ਕਰਨਗੇ ਹੋ ਸਕਦਾ ਕਿਸੇ ਦਾ ਰੇਬੀ ਗਨ ਅਤੇ ਜਿਹੜੇ ਬੰਦੇ ਇਟਲੀ ਦੇ ਵਿੱਚ ਨੇ ਤੇ ਉਹ ਇਹਨਾਂ ਦਿਨਾਂ ਦਾ ਇੰਤਜ਼ਾਰ ਪਤਾ ਨਹੀਂ ਕਿੰਨੇ ਟਾਈਮ ਤੋਂ ਕਰਦੇ ਨੇ ਉਹਨਾਂ ਬੰਦਿਆਂ ਨੂੰ ਤੁਸੀਂ ਕੁਝ ਨਹੀਂ ਕਹਿ ਰਹੇ ਉਹਨਾਂ ਬੰਦਿਆਂ ਨੂੰ ਤੁਸੀਂ ਕਰਾਂਜ ਰੋਕ ਰਹੇ ਹੋ ਤੇ ਇਹ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਹੀ ਜ਼ਿਆਦਾ ਗਲਤ ਕਰ ਰਹੇ ਹੋ ਇਸ ਕਰਕੇ ਸਰਕਾਰ ਮੰਗ ਰਹੀ ਹੈ ਜੀ ਅਸਤੀਫਾ ਆਪੋਜੀਸ਼ਨ ਪਾਰਟੀ ਆ ਨਾਰਮਲ ਜੀ ਗੱਲ ਆ ਜੀ ਇਹਨਾਂ ਨੇ ਅਸਤੀਫੇ ਮੰਗਣੀ ਤੇ ਇਹ ਲਗਾਤਾਰ ਜਦ ਜਿਸ ਟਾਈਮ ਤੋਂ ਸਰਕਾਰ ਬਣੀ ਆ ਜੀ ਉਸ ਟਾਈਮ ਤੋਂ ਹੀ ਸਰਕਾਰ ਇਹਨਾਂ ਦਾ ਅਸਤੀਫਾ ਮੰਗ ਰਹੀ ਹੈ ਜੀ ਆਪੋਜੀਸ਼ਨ ਪਾਰਟੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੋਮੀ ਤਾਤੋ ਟੈਕਨੀਕੋ ਸ਼ੰਤੀਫੀਕੋ ਇੱਕ ਉਹ ਟੀਮ ਜੋ ਕਿ ਵਿਗਿਆਨਕਾਂ ਦੀ ਸਾਇੰਸ ਸਾਇੰਟਿਸਟ ਦੀ ਇੱਕ ਟੀਮ ਹੈ ਜਿਹਦੇ ਨਾਲ ਗੱਲਬਾਤ ਕਰਕੇ ਇਟਲੀ ਦਾ ਹਰ ਇੱਕ ਫੈਸਲਾ ਲਿਆ ਜਾਂਦਾ ਇਹਨਾਂ ਜਿੰਨਾਂ ਦੇ ਵਿੱਚ ਲਾਕਡਾਊਨ ਦੇ ਵਿੱਚ ਸਕੂਲ ਖੁੱਲਣੇ ਨਹੀਂ ਖੁੱਲਣੇ ਦੁਕਾਨਾਂ ਖੁੱਲੜੀਆਂ ਨਹੀਂ ਖੁੱਲਣੀਆਂ ਰੈਸਟੋਰੈਂਟ ਖੁੱਲਣੇ ਨਹੀਂ ਖੁੱਲਣੇ ਸਭ ਕੁਝ ਕੌਮੀ ਤਤ ਤਕਨੀਕੀ ਉਸਤੰਦੀ ਫੀਗੋ ਦੇ ਨਾਲ ਹੀ ਸਲਾਹ ਨਾਲ ਕੀਤਾ ਜਾਂਦਾ ਇੱਕ ਐਸੀ ਕਮੇਟੀ ਜੋ ਕਿ ਪੂਰੇ ਇਟਲੀ ਦੇ ਹਿੱਤ ਦੇ ਲਈ ਜਨ ਹਿੱਤ ਲਈ ਬਣਾਈ ਗਈ ਸੀ ਇਹ ਕਮੇਟੀ ਦਾ ਬਿਆਨ ਹੈ ਜੀ ਕਿ 7 ਤਰੀਕ ਨੂੰ ਸਾਰੇ ਨੇ ਆਪਸੀ ਸਹਿਮਤੀ ਦੇ ਨਾਲ ਸਕੂਲਾਂ ਨੂੰ ਖੋਲਣ ਦਾ ਗੱਲ ਗੱਲਬਾਤ ਕੀਤੀ ਹੈ 75% ਸਟੂਡੈਂਟ ਕਲਾਸਾਂ ਦੇ ਵਿੱਚ ਜਾਣਗੇ ਸੁਪੀਰੀਓਰੀ ਦੇ ਆਪਣੇ ਯੂਨੀਵਰਸਿਟੀਆਂ ਦੇ ਲੋਕੀਆਂ ਆਪ ਤੋਂ ਲੈਣਾ ਜਿੱਦਾਂ ਚਾਹੁੰਦੇ ਸੀ ਉਹਨਾਂ ਨੇ ਆਪਣੀ ਗੱਲ ਪਗਾਈ ਹੈ ਜੀ ਪਰ ਸਕੂਲਾਂ ਦਾ ਜੋ ਅਪਡੇਟ ਆ ਸਾਡੇ ਕੋਲ ਸਕੂਲਾਂ ਦਾ ਅਪਡੇਟ ਕੋਈ ਵੀ ਨਹੀਂ ਹੈਗਾ ਜਿਹੜਾ ਉਹਨਾਂ ਕੋਲ ਲਾਸਟ ਅਪਡੇਟ ਹੈ ਜੀ ਉਹ ਕਹਿ ਰਹੇ ਨੇ ਸਾਡੇ ਕੋਲ 31 ਅਕਤੂਬਰ ਦਾ ਅਪਡੇਟ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਨਾਲ ਜਿਹੜੇ ਟੀਚਰ ਆ ਉਹਨਾਂ ਨੂੰ ਮਿਲਾ ਕੇ 64980 ਇਟਲੀ ਦੇ ਵਿੱਚ ਪੋਜ਼ਿਟਿਵ ਮਰੀਜ਼ ਸੀਗੇ 31 ਅਕਤੂਬਰ ਨੂੰ 31 ਅਕਤੂਬਰ ਤੋਂ ਬਾਅਦ ਲਾਸਟ ਲਿੰਨਾਂ ਕੋ ਮਹੀਨੇ ਦਾ ਕੋਈ ਅਪਡੇਟ ਨਹੀਂ ਹੈਗਾ ਪਰ ਉਹ ਕਹਿ ਰਹੇ ਨੇ ਕਿ ਸਕੂਲਾਂ ਨੂੰ ਖੋਲਣਾ ਤੁਸੀਂ ਕੀ ਸੋਚਦੇ ਹੋ ਨਾ ਬਾਰੇ ਸਕੂਲਾਂ ਨੂੰ ਖੋਲਣਾ ਚਾਹੀਦਾ ਜਾਂ ਫਿਰ ਨਹੀਂ ਚਾਹੀਦਾ ਉਹ ਕਾਨੂੰਨ ਸਾਹਮਣੇ ਆ ਰਹੇ ਸੀ ਸ਼ਨੀਵਾਰ ਦਾ ਦਿਨ ਸੀ 200 ਰਾਗਾਤ ਸੀ 200 ਬੱਚੇ ਹੀ ਜਿਨ੍ਹਾਂ ਨੇ ਮਾਸਕ ਨਹੀਂ ਸਿਲਾ ਰਿਆ ਸ਼ਰਾਬ ਪੀ ਰਹੇ ਪੈਗ ਲੱਗ ਰਹੇ ਪੁਲਿਸ ਵਾਲਾ ਕਹਿੰਦਾ ਵੀ ਤੁਹਾਨੂੰ ਜੁਰਮਾਨੇ ਕਰਨੇ ਤੁਸੀਂ ਪੈਗ ਲਾ ਰਹੇ ਹੋ ਗਲਤ ਕੰਮ ਕਰ ਰਹੇ ਹੋ ਸਰਕਾਰ ਦੇ ਖਿਲਾਫ ਜਾ ਰਹੇ ਹੋ ਹੋਣਾ ਕੀ ਸੀ ਪੈਗ ਲੱਗਾ ਹੀ ਸਾਰਿਆਂ ਦੀ ਜੜੀ ਸੀ ਸਾਰਿਆਂ ਨੇ ਰਲ ਗਏ ਪੁਲਿਸ ਵਾਲਾ ਫੈਂਡ ਦਿੱਤਾ ਤੇ ਹੁਣ ਪੁਲਿਸ ਵਾਲਾ ਹਸਪੀਟਲ ਦੇ ਵਿੱਚ ਲੰਮਾ ਪਿਆ ਜੀ ਪਲਾਸਟਰ ਲਵਾ ਕੇ ਲੇਰਨ ਦੇ ਹਸਪੀਟਲ ਦੇ ਵਿੱਚ ਇੱਕ ਛੋਟੀ ਬੱਚੀ ਦਾ ਦੀ ਮੌਤ ਹੋ ਗਈ ਹੈ ਜੀ 3 ਦਸੰਬਰ ਨੂੰ ਉਸ ਬੱਚੀ ਦੀ ਮੌਤ ਹੋਈ ਗਈ ਹੈ ਹਸਪੀਟਲ ਜਿਹੜਾ ਨੋਚੇਰਾ ਉਹਦੇ ਨੋਚੇਰਾ ਇੰਫੀਰੀਅਰ ਦੇ ਵਿੱਚ ਮੌਤ ਹੋਈ ਹੈ ਮੌਤ ਹੋਣ ਦਾ ਕਾਰਨ ਕੀ ਹੈ ਕਿ ਬੱਚੇ ਨੂੰ ਸਹੀ ਤਰੀਕੇ ਦੇ ਨਾਲ ਨਿਊਟ੍ਰੀਸ਼ਨ ਨਹੀਂ ਦਿੱਤਾ ਗਿਆ ਸਹੀ ਤਰੀਕੇ ਦੇ ਨਾਲ ਉਹਨੂੰ ਖਾਣ ਪੀਣ ਦਾ 29 ਦਿਨਾਂ ਦੀ ਬੱਚੀ ਹੈ ਜਿਹੜੀ ਉਹਦਾ ਖਿਆਲ ਨਹੀਂ ਰੱਖਣਾ ਪਿਆ ਰੱਖਣਾ ਰੱਖਿਆ ਗਿਆ ਜੀ ਤੇ ਬੱਚੀ ਦੀ ਮਾਂ ਦੇ ਸਿਰ ਕੇਸ ਹੋਇਆ ਜੀ ਕਿਉਂਕਿ ਇਸ ਟਾਈਮ ਗੱਲਬਾਤ ਚ ਆ ਰਹੀ ਕਿ ਸ਼ਾਇਦ ਉਹ ਡਿਪਰੈਸ਼ਨ ਦਾ ਡਿਪਰੈਸ਼ਨ ਦੀ ਮਰੀਜ਼ ਸੀ ਉਹ ਚੰਗੀ ਤਰ੍ਹਾਂ ਬੱਚੀ ਨੂੰ ਫੀਡ ਨਹੀਂ ਸੀ ਕਰ 파ਰੀ ਦੁੱਧ ਨਹੀਂ ਸੀ ਦੇ 파ਰੀ ਦੁੱਧ ਨਹੀਂ ਸੀ ਪਲਾ ਪਾਈ ਪਰ ਜਿਸ ਬਿਲੇਓ ਨੇ ਆਪਣਾ ਆਪਣਾ ਦੁੱਖ ਆਪਣੇ ਬੱਚੀ ਬਾਰੇ ਜੋ ਉਹਨੂੰ ਡਾਕਟਰਾਂ ਨੂੰ ਦੱਸਿਆ ਉਸ ਵੇਲੇ ਬਹੁਤ ਹੀ ਜ਼ਿਆਦਾ دیر ਹੋ ਚੁੱਕੀ ਸੀ ਜਿਸ ਕਾਰਨ 2 ਦਿਨਾਂ ਬਾਅਦ ਉਸ ਬੱਚੀ ਦੀ ਮੌਤ ਹੋ ਗਈ ਜੀ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਈਸੀ ਸਾਡੀਆਂ ਅੱਜ ਦੀਆਂ ਖ਼ਬਰਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖ਼ਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਖ਼ਬਰਾਂ ਲੰਬੀਆਂ ਜ਼ਿਆਦਾ ਨਾ ਹੋਣ ਇਸ ਕਰਕੇ ਅੱਜ ਦੀਆਂ ਖ਼ਬਰਾਂ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਾਂਗੇ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਘਰਵਾਰ ਦਵਾਰ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਤੁਸੀਂ ਸੁਣਾਈ ਕੁਲਵਿੰਦਰ ਸਿੰਘ ਦੇ ਨਾਲ ਤੁਹਾਡਾ ਆਪਣਾ ਫੇਵਰਟ ਚੈਨਲ ਇਧਾ ਪੰਜਾਬੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ